कीमत चुकाएंगे हम तुमसे अपना ये वादा है मेरे वतन तुझसे तेरे अंधेरे मिटाएंगे हम अपना माजी गवा अपना माजी गवा आशे उपरिया अपना माजी गवा आशे उपरिया अपना माजी गवा आशे उपरिया नवाज शरीफ नो सजा भी मिलती है 18-18 घंटे पलब क्यों नहीं पुछते 18-18 घंटे दी लोड शेडिंग 18-18 घंटे दी लोड शेडिंग चार चफेरे धमाके ना मस्जिदा मफूसान ना इमाम बारगामा मफूसान ना दरसगामा ते स्कूल मफूसान ना चौक ते बाजार मफूसान दहशत गर्दिया खत्म करन दिया सलामा मुल्क नु अंधेरियां चो कट के उजालियां दी तरफ ले जान दिया सजावा ए वटियां गल्ला ते वड्डे फैसले वटियां गल्ला ते वड्डे फैसले मैं शेखुपुरिया सिर्फ एक गल जानना वा जदों नैब दियां अदालतां दे विच नवाज शरीफ खड़ोता हुंदा नवाज शरीफ दी बेटी मरियम खड़ोती हुंदी है बोल शेखुपुरिया संदीला नाल खड़ोता दिसदा है शैतान दिसदा है मेरी जमात का नाम मुस्लिम लीग है मेरे लीडर का नाम नवाज शरीफ है मैं जिंदगी दिया सामा तक मुस्लिम लीग का झंडा चुकांगा मैं लोटा नहीं बनांगा शेखुपुरिया मैं तेरा सिर नीरा नहीं हो दियांगा शेखुपुरिया ਮਰਦ ਨੂੰ ਲਿਆਵੀ ਲੋਟਾ ਨਾ ਲਿਆਵੀ ਨਜ਼ਰੀਆ
ਮੈਨੂੰ ਮਾਫੀ ਨਾਮੇ ਦੀ ਸ਼ਰਤ ਉੱਤੇ ਰਿਹਾ ਹੁੰਦਾ ਦੀ ਕਿਹਾ ਗਿਆ ਤੇ ਮੈਨੂੰ ਕਿਹਾ ਗਿਆ ਜਦੋਂ ਤੂੰ ਮੀਆਂ ਦੀ ਜੇਲ੍ਹ ਤੋਂ ਨਿਕਲੇਗਾ ਤੂੰ ਜੇਲ੍ਹ ਤੋਂ ਨਿਕਲੇਗਾ ਕੈਦੀ ਤੇ ਘਰ ਜਦੋਂ ਪਹੁੰਚੇਗਾ ਤੇਰੀ ਵਜ਼ਾਰਤ ਦਾ ਐਲਾਨ ਕਰ ਦਿੱਤਾ ਜਾਏਗਾ ਅਸਾਂ ਸੌਦੇ ਨਾ ਕੀਤੇ ਉਹ ਜ਼ਮੀਨ ਤੇ ਸ਼ੇਅਰ ਕਰੇ ਤੇਰਾ ਸਿਰ ਨਾ ਨੀਵਾ ਹੁਣ ਦਿੱਤਾ ਅਸਾਂ ਸ਼ੇਖਪੁਰੇ ਨੂੰ ਸਲਾਮਾਂ ਕਰਾਈਆਂ ਪਤਾ ਜੇ ਨਵਾਜ਼ ਸ਼ਰੀਫ ਮੀਆਂ ਨਵਾਜ਼ ਸ਼ਰੀਫ ਪਾਕਿਸਤਾਨ ਮੁਸਲਿਮ ਲੀਗ ਦਾ ਸਦਰ ਤੇ ਸਾਡਾ ਨਵਾਜ਼ ਸ਼ਰੀਫ ਸ਼ੇਖਪੁਰੇ ਦੇ ਕੰਪਨੀ ਬਾਗ ਚ ਆਇਆ ਉਹਨੇ 213 ਚ ਗੱਲ ਕੀਤੀ ਮੀਆਂ ਸਾਹਿਬ ਨੇ ਫਰਮਾਇਆ ਉਹਨੇ ਆਖਿਆ ਸ਼ੇਖਪੁਰਿਆ ਜਦੋਂ ਮੈਂ ਮੁਸੀਬਤਾਂ ਤੇ ਦੁੱਖਾਂ ਚ ਖਲੋਤਾ ਹੋਇਆ ਸਾਂ ਉਸਨੇ ਪੂਰੇ ਪਾਕਿਸਤਾਨ ਦੇ ਵਿੱਚੋਂ ਕੋਈ ਕੋਈ ਮੇਰੇ ਨਾਲ ਸੀ ਕੀ ਲਫ਼ਜ਼ ਜੀ ਉਹਨੇ ਬੋਲਿਆ ਮੈਂ ਜਲਸਾ ਜਲਾਨ ਪਿਆ ਕਰਨਾ ਵਾ ਸਵੇਰੇ ਨਿਆਮਤ ਵਾਲੀ ਗਲੀ ਬਣਨੀ ਸ਼ੁਰੂ ਸਵੇਰੇ ਜਾਂ ਪਰਸੋਂ ਅਗਰ ਉਹ ਗਲੀ ਮੈਂ ਨਹੀਂ ਪਿਆ ਬਣਵਾਉਂਦਾ ਇਹ ਫੰਡ ਮੇਰਾ ਨਹੀਂ ਇਹ ਨਵਾਜ਼ ਸ਼ਰੀਫ ਕੋਲੋਂ ਮੈਂ ਨਹੀਂ ਲਿਆਇਆ ਇਹ ਸ਼ਬਾਜ਼ ਸ਼ਰੀਫ ਕੋਲੋਂ ਮੈਂ ਨਹੀਂ ਲਿਆਇਆ ਇਹ ਤਰਜੇ ਮੈਂ ਨਹੀਂ ਕੀਤੇ ਇਹ ਮਿੰਟਾਂ ਮੈਂ ਨਹੀਂ ਕੀਤੀਆਂ ਇਹ ਫੈਲਾ ਲੈ ਕੇ ਮੈਂ ਨਹੀਂ ਤੁਰਿਆ ਇਹ ਮੈਂ 7 ਕਲੱਬ ਤੇ ਵਜ਼ੀਰਾਂ ਦਾ ਹਾਊਸ ਤੇ ਚੀਫ ਸੇਫਟੀ ਤੇ ਜਾ ਕੇ ਦਰਵਾਜ਼ਿਆਂ ਦੇ ਉੱਤੇ ਦਸਤਕ ਮੈਂ ਨਹੀਂ ਦਿੱਤੀ ਐਕਸੀਐਨ ਐਸਡੀਓ ਤੇ ਸਭ ਇੰਜੀਨੀਅਰਾਂ ਨੂੰ ਲੈ ਕੇ ਤੁਹਾਡੇ ਇਹਨਾਂ 5 ਮਹੀਨਿਆਂ ਦੇ ਕੰਮਾਂ ਲਈ ਮੈਂ ਨਹੀਂ ਤੁਰਿਆ ਤੇ ਚਲੋ ਤਰੀ ਤੇ ਸਾਰੇ ਜਮਾਨੇ ਆ ਮੈਂ ਗਰੀਬਾਂ ਦੇ ਕੰਮ ਰੋਕਣ ਵਾਲਾ ਨਹੀਂ ਹੈ ਸ਼ੇਖਪੁਰਿਆ ਸਿਰਫ ਇੱਕ ਅਜ਼ਮਾਨ ਦੀ ਖਾਤਰ ਕੋਈ ਗੱਲ ਕੋਈ ਇਹਨਾਂ 5 ਮਹੀਨੇ ਕਰੀ ਸ਼ੁਰੂ ਕਰਾਵੇ ਜੇ ਮੈਂ ਉਹ ਰੋਕ ਦਿਆਂ ਇੱਕ ਦਿਨ ਵਾਸਤੇ ਮੈਂ ਉਹ ਰੋਕ ਦਿਆਂ ਤੇ ਕੀ ਸਬੂਤ ਲੱਭਾਂ ਕੰਮ ਮੇਰਾ ਹੈ ਕੰਮ ਕਿਹਦਾ ਹੈ ਕੰਮ ਮੇਰਾ ਮੇਰੇ ਸ਼ੇਖਪੁਰਿਆ ਮੈਂ ਤੇਰੀਆਂ ਸਦਾ ਖੈਰਾਂ ਮੰਗਾਂਗਾ ਮੈਂ ਤੇਰੇ ਲਈ ਦੁਆਵਾਂ ਕਰਾਂਗਾ